ਮੇਰਾ ਨਾਮ ਸੁਖਦੇਵ ਸਿੰਘ ਜੀ। ਇਹ ਜਿਹੜੀ ਆਪਣੀ ਤੁਹਾਡੀ ਦੁਕਾਨ ਦਾ ਕੀ ਨਾਮ? ਅਲਸੀ ਟੈਲੀਕਾਮ ਜੀ। ਕੀ ਗੱਲਬਾਤ ਹੋਈ ਹੈ ਕਿ ਜਿਹੜੀ ਤੁਸੀਂ ਫੋਟੋਆਂ ਜਿਹੜੀਆਂ ਵਾਇਰਲ ਕੀਤੀਆਂ ਆ? ਇਹ ਸਵੇਰੇ ਸਵੇਰੇ 9:15 ਵਜੇ ਦੁਕਾਨ ਦੇ ਉੱਤੇ ਕਾਰ 'ਤੇ ਆਏ ਆ ਦੋ ਜਣੇ, ਉਹਦੀ ਬੂਟੀ ਅਤੇ ਇੱਕ ਬੱਚਾ ਵਾ ਨਾਲ, ਅਤੇ ਵੱਧਦੇ ਮੀਂਹ ਦੇ ਵਿੱਚ ਉਹ ਕਾਰ 'ਚੋਂ ਉਤਰ ਕੇ ਅਤੇ ਮੇਰੇ ਕੋਲ ਅੰਦਰ ਆਇਆ ਅਤੇ ਮੈਨੂੰ ਕਹਿਣ ਲੱਗਾ, ਹੈ ਬਾਬਾ ਜੀ ਕੋਈ ਮੋਬਾਈਲ ਦਿਖਾਓ ਜਿਹਦੀ ਰੇਂਜ 10,000 ਦੇ ਹੋਵੇ। ਅਤੇ ਮੈਂ ਕਿਹਾ ਵੀ ਕਾਕਾ ਜਿਹੜਾ ਪਹਿਲਾਂ ਮੈਨੂੰ ਇਹ ਵੀ ਪੁੱਛਿਆ ਵੀ ਕਾਕਾ ਕਿੱਥੇ ਆ ਤੁਹਾਡਾ, ਮੈਂ ਕਿਹਾ ਵੀ ਇੱਥੇ ਹੀ ਉੱਪਰ ਹੀ ਆ, ਅਤੇ ਮੈਂ ਉਹਨੂੰ ਬੁਲਾ ਦਿੰਦਾ। ਕਹਿੰਦਾ ਉਹਨਾਂ ਨੂੰ ਕੀ ਬੁਲਾਉਣਾ ਵਾ, ਤੁਸੀਂ ਪਹਿਲਾਂ ਮੈਨੂੰ ਪਸੰਦ ਕਰਾ ਲਓ ਅਤੇ ਬਾਅਦ 'ਚ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਅਤੇ ਮੈਂ ਕਦੀ, ਮੈਨੂੰ ਮੋਬਾਈਲਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਗੀ, ਮੈਂ ਇਹਦਾ ਕਾਕੇ ਦਾ ਮਾਲਕ ਦੁਕਾਨ ਜਿਹੜਾ ਉਹਦਾ ਡੈਡੀ ਹਾਂ, ਅਤੇ ਮੈਂ ਇਹਨੂੰ ਫੋਨ ਲਾ ਦਿੱਤਾ ਕਾਕੇ ਨੂੰ ਉੱਪਰ, ਅਤੇ ਇਹਨੇ ਕਾਕੇ ਨੇ ਫਿਰ ਮੈਨੂੰ ਦੱਸਿਆ ਵੀ ਉੱਪਰ 12C ਮੋਬਾਈਲ ਪਿਆ ਵਾ ਦੁਕਾਨ 'ਤੇ, ਉਹ ਇਹਨੂੰ ਵਿਖਾ ਦਿਓ। ਮੈਂ ਵਿਖਾਇਆ ਅਤੇ ਮੈਨੂੰ ਕਹਿੰਦਾ ਸੀ ਮੈਂ ਖੋਲ੍ਹ ਲਵਾਂ, ਮੈਂ ਕਿਹਾ ਵੀ ਨਵਾਂ ਮੋਬਾਈਲ ਜਿਹੜਾ ਉਹ ਖੋਲ੍ਹੀਦਾ ਨੀਗਾ, ਜਿਹਦੇ ਤੁਹਾਨੂੰ ਪਸੰਦ ਹੈ ਤਾਂ ਫਿਰ ਖੋਲ੍ਹਣਾ ਵਾ। ਅਤੇ ਕਹਿੰਦਾ ਨਹੀਂ ਮੇਰਾ ਕਾਕਾ ਵਾਕਫ ਹੈ, ਮੇਰੀ ਉਹਦੇ ਨਾਲ ਗੱਲ ਕਰਾ ਦਿਓ। ਮੈਂ ਫੋਨ 'ਤੇ ਗੱਲ ਕਰਾ ਦਿੱਤੀ, ਇਹਨੇ ਕਾਕੇ ਨੇ ਉਹਦਾ ਰੇਟ ਵੀ ਦੱਸ ਦਿੱਤਾ, ਅਤੇ ਕਾਕੇ ਦੇ ਕਹਿਣ ਦੇ ਉੱਤੇ ਉਹ ਮੋਬਾਈਲ ਜਿਹੜਾ ਸੀ ਉਹਨੇ ਆਪ ਹੀ ਖੋਲ੍ਹਿਆ। ਉਹਦੇ ਕੋਲ ਪੂਰੀ ਉਹ ਸੀਲ ਜੀ ਖੁੱਲ੍ਹਦੀ ਨਹੀਂ, ਅਤੇ ਇੱਥੋਂ ਪੇਜਕਸ ਮੈਂ ਦਿੱਤਾ ਉਹ ਬਲੇਡ ਜਿਹਾ ਉਹਦੇ ਨਾਲ, ਬਲੇਡ ਨਾਲ ਉਹਨੇ ਖੋਲ੍ਹ ਕੇ ਇਹ ਵੇਖਿਆ ਅਤੇ ਵੇਖ ਵੂਖ ਕੇ ਅਤੇ ਮੈਨੂੰ ਕਹਿੰਦਾ ਇਹ ਮੇਰੀ ਉਹ ਘਰ ਦੀ ਬੈਠੀ ਆ ਕਾਰ ਦੇ ਵਿੱਚ, ਅਤੇ ਮੈਂ ਉਹਨੂੰ ਪਸੰਦ ਕਰਵਾ ਲਵਾਂ। ਅਤੇ ਮੈਂ ਕਿਹਾ ਮੀਂਹ ਵਰਦਾ ਪਿਆ ਯਾਰ, ਅੰਦਰ ਹੀ ਬੁਲਾ ਲਾ ਉਹਨੂੰ ਘਰ ਦੇ ਨੂੰ, ਅਤੇ ਇੱਥੇ ਵਿਖਾ ਦਿੰਦੇ ਹਾਂ। ਅਸੀਂ ਨਹੀਂ, ਉਹ ਬੱਚਾ ਬਿਮਾਰ ਹੈ ਸਾਡਾ, ਅਤੇ ਨਾਲੇ ਮੀਂਹ ਪੈਂਦਾ ਪਿਆ ਵਾ, ਅਤੇ ਮੈਂ ਕੋਈ ਨਹੀਂ ਬੱਚੇ ਨੂੰ ਸੱਦ ਲਓ, ਚਾਹ ਚੂਹ ਤੁਹਾਨੂੰ ਪਿਆ ਦਿੰਦੇ ਹਾਂ ਅਤੇ ਵੇਖ ਲਓ। ਨਹੀਂ ਮੈਂ ਇੱਕੋ ਮਿੰਟ 'ਚ ਵਿਖਾ ਕੇ ਅਤੇ ਆਇਆ ਜੀ। ਇੰਨੀ ਗੱਲ ਹੋਈ ਆ ਅਤੇ ਉਹ ਕਾਰ ਦੇ ਉੱਤੇ ਦੂਸਰੀ ਬਾਈ ਬਾਰੀ ਥਾਣੀ ਜਿਹੜੀ ਡਰਾਈਵਰ ਸੀਟ ਹੈ ਉੱਥੇ ਵਿਖਾਉਣ ਗਿਆ ਵਾ, ਅਤੇ ਵਿਖਾ ਕੇ ਅਤੇ ਮੇਰੇ ਵਹਿੰਦਿਆਂ ਵਹਿੰਦਿਆਂ ਉਹਨੇ ਕਾਰ ਨੂੰ ਸਟਾਰਟ ਕੀਤਾ ਅਤੇ ਕਾਰ ਭਜਾ ਕੇ ਅਤੇ ਉਹ ਲੈ ਗਿਆ। ਕੋਈ CC ਕਰਾ ਕੈਮਰੇ ਦੇ ਵਿੱਚ ਫੋਟੋਸ ਆਈ? ਹਾਂਜੀ ਆਈ ਹੈ ਜੀ, ਫੋਟੋ ਉਹਦੀ ਬੜੀ ਕਲੀਅਰ ਆਈ ਆ, ਕਾਰ ਦੀ ਆਈ ਆ, ਪਰ ਕਾਰ ਦਾ ਨੰਬਰ ਮੈਂ ਕਾਹਲੀ ਜਿਹੇ ਕਾਊਂਟਰ 'ਚੋਂ ਘੁੰਮ ਕੇ ਬਾਹਰ ਜਾਂਦਿਆਂ ਤੱਕ ਦੂਰ ਚਲੀ ਗਈ, ਨੋਟ ਨਹੀਂ ਕਰ ਸਕਿਆ। ਇਸ ਬਾਰੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੇਂਟ ਕਰ ਦਿੱਤੀ? ਹਾਂਜੀ ਮੈਂ ਥਾਣੇ ਕੰਪਲੇਂਟ ਆਪਣੇ ਬੇਟੇ ਨੂੰ ਨਾਲ ਲੈ ਕੇ ਦੇ ਕੇ ਆਏ ਹਾਂ, ਅਤੇ ਉਹਨਾਂ ਵੀ ਸਾਡੇ ਨਾਲ ਕੋਪਰੇਟ ਕੀਤਾ ਅਤੇ ਉਹ ਕਹਿੰਦੇ ਆ ਵੀ ਅਸੀਂ ਇਹਨੂੰ ਟਰੇਸਿੰਗ 'ਤੇ ਲਾ ਦਿੰਦੇ ਹਾਂ। ਸਰ ਕੀ ਨਾਮ ਜੀ? ਮੇਰਾ ਨਾਮ ਨਵਜੋਤ ਸਿੰਘ ਹੈ ਜੀ, ਕਲਸੀ ਟੈਲੀਕਾਮ ਆ ਜੀ, ਤਰਨ ਤਾਰਨ ਆਪਣੀ ਦੁਕਾਨ ਮੋਬਾਈਲਾਂ ਵਾਲੀ ਪੁਰਾਣੀ ਕਚਹਿਰੀ ਦੇ ਬਿਲਕੁਲ ਸਾਹਮਣੇ। ਸਰ ਕੀ ਮਸਲਾ ਹੋਇਆ ਅੱਜ ਕੱਲ੍ਹ? ਮਸਲਾ ਇੱਦਾਂ, ਮੈਂ ਸਵੇਰੇ ਖਾਣਾ ਖਾਂਦਾ ਪਿਆ ਸੀਗਾ ਉੱਪਰ, ਅਤੇ ਪਾਪਾ ਸ਼ੋਪ 'ਤੇ ਆਏ ਸੀਗੇ, ਅਤੇ ਉਹਨਾਂ ਨੂੰ ਆ ਕੇ ਇੱਕ ਲੜਕਾ ਆਇਆ ਮਰਦੇ ਮੀਂਹ ਦੇ ਵਿੱਚ ਆਲਟੋ ਕਾਰ ਦੇ ਉੱਪਰ ਆਪਣੀ ਘਰ ਵਾਲੀ ਅਤੇ ਛੋਟੇ ਜਿਹੇ ਬੱਚੇ ਨਾਲ, ਆ ਕੇ ਕਹਿਣ ਲੱਗਾ ਮੈਂ ਮੋਬਾਈਲ ਚਾਹੀਦਾ ਮੈਨੂੰ 10,000 ਦੀ ਰੇਂਜ ਤੱਕ। ਅਤੇ ਫਾਦਰ ਸਾਹਿਬ ਨੇ ਮੈਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਮੋਬਾਈਲ ਕਿਹੜਾ ਵੀ ਆਇਆ, ਅਤੇ ਮੈਂ ਦੱਸਿਆ ਉਹਨਾਂ ਨੂੰ ਵੀ ਫਲਾਣਾ ਫਲਾਣਾ ਮੋਬਾਈਲ MI ਦਾ ਆਇਆ, ਤੂੰ ਦਿਖਾ ਦਿਓ ਉਹਨੂੰ। ਅਤੇ ਉਹ ਕਹਿਣ ਲੱਗਾ ਵੀ ਮੈਂ ਤੁਹਾਨੂੰ ਜਾਣਦਾ ਇਸ ਤਰ੍ਹਾਂ ਇਸ ਤਰ੍ਹਾਂ, ਜਦਕਿ ਜਾਣ ਪਛਾਣ ਕੋਈ ਵੀ ਨਹੀਂ ਸੀ ਉਹਦੇ ਨਾਲ ਕਿਸੇ ਤਰ੍ਹਾਂ ਦੀ ਵੀ। ਉਹਨੇ ਮੋਬਾਈਲ ਖੋਲ੍ਹ ਕੇ ਦੇਖਿਆ ਅਤੇ ਕਹਿੰਦਾ ਮੈਂ ਆਪਣੀ ਮਿਸੀ ਨੂੰ ਮੋਬਾਈਲ ਦਿਖਾਉਣਾ ਚਾਹੁੰਦਾ ਹਾਂ। ਅਤੇ ਪਾਪਾ ਨੇ ਮਨਾ ਕੀਤਾ ਵੀ ਇਸ ਤਰ੍ਹਾਂ ਉਹਨਾਂ ਨੂੰ ਅੰਦਰ ਲੈ ਆ। ਉਹ ਕਹਿੰਦਾ ਵੀ ਮੈਂ ਇੰਨੀਆਂ ਗੱਲਾਂ ਕਰਦਾ ਕਰਦਾ ਇੱਕੋਦਮ ਹੀ ਦੁਕਾਨ ਤੋਂ ਬਾਹਰ ਚਲੇ ਗਿਆ, ਉਹ ਕਰਦਾ ਕਰਦਾ ਜਾ ਕੇ ਦੁਕਾਨ ਦੇ ਆਪਣਾ ਗੱਡੀ 'ਤੇ ਜਾ ਕੇ ਬੈਠ ਗਿਆ, ਉਹ ਗੱਡੀ ਵਿੱਚ ਬੈਠ ਕੇ ਸਟਾਰਟ ਕੀਤੀ ਅਤੇ ਨਾਲ ਹੀ ਨਿਕਲ ਗਿਆ। ਅਤੇ ਉਹ ਮੇਰੇ ਪਾਪਾ ਦਾ ਓਪਰੇਟ ਹੋਇਆ ਆ, ਅਤੇ ਤਾਂ ਕਰਕੇ ਜਲਦੀ ਉਹਦੇ ਪਿੱਛੇ ਜਾ ਨਹੀਂ ਸਕਦੇ ਸੀਗੇ, ਹੌਲੀ ਹੌਲੀ ਗਏ, ਜਿੰਨੀ ਦੇਰ ਤੱਕ ਉਹ ਗਏ ਅਤੇ ਮੋਬਾਈਲ ਲੈ ਕੇ ਨਿਕਲ ਚੁੱਕਾ ਸੀਗਾ ਉੱਥੇ। ਪਰ ਇਹ ਸਮਝ ਨਹੀਂ ਲੱਗਦੀ, ਸਵੇਰ ਤੋਂ ਸ਼ਾਮ ਤੱਕ ਇਹੋ ਹੀ ਖਬਰਾਂ ਸੁਣੀ ਦੀਆਂ, ਕਦੀ ਕਿਸੇ ਦਾ ਮੋਬਾਈਲ ਖੋਇਆ ਗਾ, ਕਦੀ ਕਿਸੇ ਦਾ ਕੁਛ ਹੋ ਗਿਆ ਕੁਛ ਹੋ ਗਿਆ, ਪਰ ਅਜੇ ਤੱਕ ਕੋਈ ਕਨਫਰਮ ਹੀ ਨਹੀਂ ਹੁੰਦਾ ਵੀ ਕਿਸ ਤਰ੍ਹਾਂ ਇਹਨਾਂ ਨੂੰ ਨੱਥ ਕਿੱਦਾਂ ਪਊਗੀ, ਕਿੱਦਾਂ ਪਾਈ ਜਾਊਗੀ ਨੱਥ ਇਹਨਾਂ ਨੂੰ। ਅਸੀਂ ਹੁਣ ਗਏ ਸੀਗੇ ਥਾਣੇ ਜਾ ਕੇ ਕੰਪਲੇਂਟ ਲਿਖਾ ਕੇ ਆਏ ਹਾਂ, ਉਹਨਾਂ ਨੇ ਚਲੋ ਬਹੁਤ ਕੋਆਪਰੇਟ ਕੀਤਾ ਸਾਡੇ ਨਾਲ ਵੀ ਟਰੇਸਿੰਗ 'ਚ ਲਵਾ ਦਿੰਦੇ ਹਾਂ, ਜਦੋਂ ਟਰੇਸ ਹੋ ਗਿਆ ਮੋਬਾਈਲ 'ਤੇ ਤੁਹਾਨੂੰ ਅਸੀਂ ਆਪ ਖੁਦ ਜਾ ਕੇ ਲੈ ਕੇ ਤੁਹਾਨੂੰ ਦੇ ਦਾਂਗੇ ਇਸ ਤਰ੍ਹਾਂ ਮੋਬਾਈਲ। ਅਤੇ ਇੱਕ ਜੀ ਸਾਨੂੰ ਕੰਪਲੇਂਟ ਨਵਜੋਤ ਸਿੰਘ ਕਲਸੀ ਵੱਲੋਂ ਜਿਹੜੀ ਮਸੂਲ ਹੋਈ ਆ ਵੀ ਇੱਕ ਅਲਟੋ ਗੱਡੀ 'ਤੇ ਨੌਜਵਾਨ ਆਇਆ, ਉਹਨਾਂ ਕੋਲੋਂ ਮੋਬਾਈਲ ਲਿਆ, ਜਿਸਨੇ ਕਿ ਮੋਬਾਈਲ ਆਪਣੀ ਕਿਹਾ ਵੀ ਮੇਰੀ ਪਤਨੀ ਬੈਠੀ ਆ, ਮੈਂ ਉਹਨੂੰ ਵਿਖਾਉਣਾ ਚਾਹੁੰਦਾ। ਅਤੇ ਉਹ ਜਦੋਂ ਵਿਖਾਉਣ ਲਈ ਲੈ ਕੇ ਗਿਆ ਪਰ ਵਾਪਸ ਨਹੀਂ ਲੈ ਕੇ ਆਇਆ, ਉਸ ਤੋਂ ਬਾਅਦ ਉਹਨਾਂ ਸਾਨੂੰ ਇੱਕ ਕੰਪਲੇਂਟ ਦਿੱਤੀ ਆ ਜਿਹਦੇ ਅਸੀਂ ਆਪਣੀ ਟੀਮ ਭੇਜੀ ਆ, ਅਸੀਂ CCTV ਕੈਮਰੇ ਦੇਖ ਰਹੇ ਹਾਂ, ਜੋ ਵੀ ਇਹਦੇ 'ਚ ਆਏਗਾ ਬਣਦੀ ਕਾਰਵਾਈ ਕੀਤੀ ਜਾਵੇ। ਜੀ 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 ਬਿਲਕੁਲ ਜੀ, ਵੈਰੀਫਾਈ ਕਰ ਰਹੇ ਹਾਂ ਜੀ, ਟੀਮ ਭੇਜੀ ਹੋਈ ਆ।